ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਚੋਣਾਂ ਜਿੱਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦੇ ਲਈ ਯਤਨ ਜੋ ਨੇ ਉਹ ਤੇਜ਼ ਕੀਤੇ ਜਾ ਰਹੇ ਨੇ। ਹਾਲਾਂਕਿ ਹਾਲੇ ਤੱਕ ਸਰਕਾਰ ਵੱਲੋਂ ਫੈਸਲਾ ਕੋਈ ਨਹੀਂ ਲਿਆ ਗਿਆ। ਤੁਹਾਨੂੰ ਦੱਸ ਦਈਏ ਕਿ ਇਹ ਵੀ ਕਿਹਾ ਜਾ ਰਿਹਾ ਕਿ 24 ਜੂਨ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੇਲ੍ਹ ਤੋਂ ਰਿਹਾਅ ਹੋ ਸਕਦੇ ਨੇ, ਪਰ ਫਿਲਹਾਲ ਸਰਕਾਰ ਵੱਲੋਂ ਕੋਈ ਵੀ ਫੈਸਲਾ ਨਹੀਂ ਲਿਆ ਗਿਆ। ਉਧਰ ਹੀ ਭਾਈ ਅੰਮ੍ਰਿਤਪਾਲ ਨੂੰ ਸਹੁੰ ਚੁੱਕ ਦੇ ਲਈ ਬਾਹਰ ਆਉਣਾ ਪਵੇਗਾ, ਪਰ ਇਸ ਉੱਤੇ ਹਜੇ ਤੱਕ ਸਵਾਲੀਆ ਨਿਸ਼ਾਨ ਬਣਿਆ ਹੋਇਆ। ਤੁਹਾਨੂੰ ਦੱਸ ਦਈਏ ਕਿ ਹੁਣ ਸੂਫੀ ਗਾਇਕ ਹੰਸਰਾਜ ਹੰਸ ਦੇ ਭਰਾ ਪਰਮਜੀਤ ਹੰਸ ਨੇ ਵੀ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਭਾਈ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਨੂੰ ਲੈ ਕੇ। ਜੀ ਹਾਂ, ਉਹਨਾਂ ਨੇ ਕਿਹਾ ਕਿ ਉਹਨਾਂ ਨੇ ਕਿੱਡਾ ਵੱਡਾ ਗੁਨਾਹ ਕੀਤਾ ਹੈ ਕਿ ਸਾਲ ਤੋਂ ਬਾਅਦ ਫਿਰ ਤੋਂ ਦੁਬਾਰਾ ਉਹਨਾਂ 'ਤੇ NSA ਲਗਾ ਦਿੱਤੀ ਗਈ। ਜੀ ਹਾਂ, ਉਹਨਾਂ ਨੇ ਕਿਹਾ ਕਿ ਹਰ ਧਰਮ ਦੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਜਿਤਾਇਆ, ਉਹਨਾਂ ਨੂੰ ਬਾਹਰ ਲਿਆਉਣਾ ਚਾਹੀਦਾ। ਉਹਨਾਂ ਨੇ ਸਰਕਾਰਾਂ ਨੂੰ ਘੇਰਦਿਆਂ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ। ਕੀ ਕੁਛ ਕਿਹਾ ਉਹਨਾਂ ਨੇ, ਆਓ ਸੁਣਦੇ ਹਾਂ। ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਜੀ ਸਾਰਿਆਂ ਨੂੰ। ਅਤੇ ਗੱਲ ਮੈਂ ਕਰਨ ਲੱਗਿਆ ਸੀ ਅੱਜ ਫਿਰ ਭਾਈ ਅੰਮ੍ਰਿਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਬਹੁਤ ਸ਼ਾਨੋ ਸ਼ੌਕਤ ਨਾਲ ਜਿੱਤੇ ਨੇ, ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ। ਸਿਰਫ ਸਿੱਖ ਸੰਗਤਾਂ ਨੂੰ ਨਹੀਂ, ਪੂਰੇ ਪੰਜਾਬ ਨੂੰ, ਹਰ ਕੌਮ ਨੇ ਉਹਨਾਂ ਨੂੰ ਵੋਟਾਂ ਪਾਈਆਂ ਨੇ। ਅਤੇ ਦੂਸਰੀ ਜਗ੍ਹਾ ਫਰੀਦਕੋਟ ਤੋਂ ਸਰਬਜੀਤ ਸਿੰਘ ਜਿੱਤੇ ਨੇ। ਦੇਖੋ, ਕੋਈ ਗੁੱਸਾ ਨਾ ਕਰੇ, ਸਰਬਜੀਤ ਸਿੰਘ ਬਾਰੇ ਮੈਂ ਬਹੁਤਾ ਨਹੀਂ ਕਹਿ ਸਕਦਾ ਕਿ ਉੱਥੇ ਜਾ ਕੇ ਬੋਲਣਗੇ ਪੰਜਾਬੀਆਂ ਵੱਲੋਂ ਜਾਂ ਕਿਸੇ ਵੀ ਕੌਮ ਵੱਲੋਂ। ਬਹੁਤਾ ਠੀਕ ਹੈ, ਬੋਲਣਗੇ ਵੀ, ਪਰ ਬਹੁਤਾ ਖੁੱਲ੍ਹ ਕੇ ਜਾਂ ਗਟਸ ਨਾਲ ਗੱਲ ਕਰਨ ਵਾਲੇ ਮੈਨੂੰ ਕਦੇ ਨਹੀਂ ਲੱਗੇ। ਉਹ ਅੱਜ ਵੀ ਬਸ ਮੈਂ ਦੇਖ ਰਿਹਾ ਸੀ ਇੱਕ ਵੀਡੀਓ, ਈਵਨ ਮੈਂ ਨਹੀਂ ਕਹਿੰਦਾ, ਪਰ ਲੋਕਾਂ ਨੇ ਬਹੁਤ ਕਮੈਂਟ ਕੀਤੇ ਕਿ ਚਿੱਟਾ ਪੀਤਾ ਹੋਇਆ ਅਤੇ ਨਸ਼ਾ ਕੀਤਾ ਹੋਇਆ। ਖੈਰ, ਇਹ ਮੇਰੇ ਵਰਡ ਨਹੀਂ ਹੈ, ਮੈਂ ਇੱਦਾਂ ਕਹਿਣਾ ਨਹੀਂ ਚਾਹੁੰਦਾ। ਪਰ ਭਾਈ ਅੰਮ੍ਰਿਤਪਾਲ ਸਿੰਘ, ਵੱਡੇ ਵੱਡੇ ਪੱਤਰਕਾਰਾਂ ਨਾਲ ਮੈਂ ਉਹਨਾਂ ਦੀਆਂ ਇੰਟਰਵਿਊਜ਼ ਦੇਖੀਆਂ ਨੇ, ਜਿੱਦਾਂ ਉਹ ਬੰਦਾ ਖੁੱਲ੍ਹ ਕੇ ਬੋਲਦਾ, ਆਪਣੀ ਗੱਲ 'ਤੇ ਅੜਦਾ ਆ। ਮੈਂ ਬਹੁਤ ਘੱਟ ਲੋਕ ਇੱਦਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਵੇਖੇ ਨੇ, ਹਰ ਗੱਲ ਦਾ ਜਵਾਬ ਉਸ ਬੰਦੇ ਕੋਲ। ਦੋ ਬੰਦੇ ਐਕਚੁਲੀ ਮੈਂ ਦੇਖੇ ਨੇ ਇੱਦਾਂ ਗੱਲ ਕਰਦੇ, ਇੱਕ ਭਾਈ ਅੰਮ੍ਰਿਤਪਾਲ ਸਿੰਘ ਜੀ ਅਤੇ ਦੂਸਰੇ ਸਨ ਦੀਪ ਸਿੱਧੂ ਸਾਹਿਬ। ਸੋ ਇਹਨਾਂ ਦੋਨਾਂ ਨੇ ਬਹੁਤ ਖੁੱਲ੍ਹ ਕੇ ਗੱਲ ਕੀਤੀ ਹੈ। ਭਾਈ ਅੰਮ੍ਰਿਤਪਾਲ ਤਾਂ ਬਹੁਤਾ ਹੀ ਅੜਦਾ, ਮੈਂ ਅੱਜ ਵੀ ਇੱਕ ABP ਸ਼ਾਇਦ ਹੈਗਾ ਚੈਨਲ ਉੱਤੇ ਵੇਖ ਰਿਹਾ ਸੀਗਾ, ਪੂਰਾ ਇੰਟਰਵਿਊ 9:30 ਦਾ ਸੀਗਾ, ਮੈਂ ਪੂਰਾ ਇੰਟਰਵਿਊ ਦੇਖਿਆ। ਅਤੇ ਜਦੋਂ ਵੀ ਉਹਨਾਂ ਦਾ ਇੰਟਰਵਿਊ ਆਉਂਦਾ, ਦੇਖਣ ਦਾ ਮਜ਼ਾ ਆ ਜਾਂਦਾ ਯਾਰ। ਨਹੀਂ ਤਾਂ ਇੱਦਾਂ ਸਾਰਾ, ਅੱਛਾ, ਇਹਨਾਂ ਦੀ ਇੰਟਰਵਿਊ ਵਿੱਚ ਇਹ ਹੁੰਦਾ ਕੋਈ ਸੈਟਅਪ ਨਹੀਂ ਆ, ਸਾਰਾ ਕੁਛ ਇੱਦਾਂ ਲੱਗਦਾ ਵੀ ਅਨਕੱਟ ਜਿਹੜੀ ਹੈਗੀ ਇੰਟਰਵਿਊ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਉੱਥੇ ਜ਼ਰੂਰ ਜਾ ਕੇ ਬੋਲਿਆ ਕਰਨਗੇ, ਸੰਸਦ ਦੇ ਵਿੱਚ ਜਾ ਕੇ ਬੋਲਿਆ ਕਰਨਗੇ, ਪਾਰਲੀਮੈਂਟ ਵਿੱਚ ਬੋਲਿਆ ਕਰਨਗੇ ਅਤੇ ਗੱਜ ਵੱਜ ਕੇ ਬੋਲਿਆ ਕਰਨਗੇ, ਮੈਨੂੰ ਉਮੀਦ ਆ। ਬਾਕੀ ਮਾਲਕ ਜਾਣਦਾ ਜਾਂ ਉਹ ਖੁਦ ਜਾਣਦੇ ਜਦੋਂ ਉੱਥੇ ਪਹਿਲੀ ਵਾਰੀ ਬੋਲੇ ਪਤਾ ਲੱਗ ਜਾਏਗਾ, ਪਰ ਮੈਨੂੰ ਲੱਗਦਾ ਹੈ। ਦੇਖੋ, ਉਹਨਾਂ ਦੀ ਮਾਤਾ ਨੇ ਜਿਹੜੀ ਗੱਲਬਾਤ ਕਹੀ ਆ, ਬੜੀ ਮੈਨੂੰ ਚੰਗੀ ਲੱਗੀ, ਕਿਉਂਕਿ ਮੇਰੀ ਨੇਚਰ ਆ ਕਿ ਜਿਹੜੀ ਸਾਂਝੀ ਵਾਲਤੀਆਂ ਦੀਆਂ ਗੱਲਾਂ ਨੇ ਨਾ, ਸਾਂਝੀ ਵਾਲਤਾ ਵਾਲੀਆਂ, ਉਹ ਮੈਨੂੰ ਬਹੁਤ ਪਸੰਦ ਨੇ। ਮੈਂ ਹਮੇਸ਼ਾ ਸੱਦਾ ਵੀ ਇਹੀ ਦਿੰਦਾ ਹੁੰਦਾ ਹਰ ਆਪਣੀ ਵੀਡੀਓ ਵਿੱਚ ਵੀ ਕਿ ਯਾਰ, ਕੌਮਾਂ, ਮਜ਼ਹਬਾਂ, ਜਾਤਾਂ ਪਾਤਾਂ ਚੱਕਰਾਂ ਨੂੰ ਛੱਡੋ, ਸਾਰੇ ਇੱਕ ਹਿਊਮੈਨਿਟੀ ਨੂੰ ਪਿਆਰ ਕਰੋ। ਅਤੇ ਉਹਨਾਂ ਨੇ ਬੜੀ ਪਿਆਰੀ ਗੱਲ ਕਹੀ ਹੈ, ਕਹਿੰਦੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਿਰਫ ਸਿੱਖਾਂ ਨੇ ਨਹੀਂ ਜਿਤਾਇਆ, ਸਿਰਫ ਔਰ ਸਿਰਫ ਸਿੱਖਾਂ ਨੇ ਹੀ ਵੋਟਾਂ ਨਹੀਂ ਪਾਈਆਂ, ਹਰ ਕੌਮ ਨੇ ਵੋਟਾਂ ਪਾਈਆਂ ਨੇ, ਹਿੰਦੂ, ਮੁਸਲਿਮ, ਸਿੱਖ, ਈਸਾਈ, ਸਾਰਿਆਂ ਨੇ ਵੋਟਾਂ ਪਾਈਆਂ ਨੇ। ਅਤੇ ਕਹਿੰਦੇ ਵੀ ਉਹ ਗੱਲ ਵੀ ਸਾਰਿਆਂ ਦੀ ਕਰੇਗਾ, ਇਹ ਕਹਿੰਦੇ ਵਾਅਦਾ ਆ ਤੁਹਾਡੇ ਨਾਲ। ਮੈਨੂੰ ਬੜੀ ਚੰਗੀ ਲੱਗੀ ਇਹ ਗੱਲ। ਸੋ ਗੱਲ ਜਿਹੜੀ ਮੇਨ ਮੈਂ ਅੱਜ ਕਰਨੀ ਚਾਹੁੰਦਾ ਸੀ ਇਹ ਕਿ ਹੁਣ ਕਸਮ ਚੱਕ ਜਿਹੜਾ ਸਮਾਗਮ ਹੁੰਦਾ, ਸਹੁੰ ਚੱਕ ਸਮਾਗਮ ਜਿਹਨੂੰ ਕਹਿੰਦੇ ਆ, ਉਹਦੇ ਵਿੱਚ ਵੀ ਆਉਣ ਵਾਸਤੇ ਉਸ ਬੰਦੇ ਨੂੰ 2 ਦਿਨ ਦੀ ਜਾਂ 1 ਦਿਨ ਦੀ ਵੀ ਛੁੱਟੀ ਨਹੀਂ ਦਿੱਤੀ ਜਾ ਰਹੀ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿੱਡਾ ਕੁ ਵੱਡਾ ਉਹ ਡਕੈਤ ਆ, ਕਿੱਡਾ ਕੁ ਵੱਡਾ ਉਹ ਉਗਰਵਾਦੀ ਆ, ਕਿੱਡਾ ਕੁ ਵੱਡਾ ਉਹ ਕਾਤਲ ਆ,
ਕਿੰਨੇ ਕੁ ਨੇ ਬਲਾਤਕਾਰ ਕੀਤੇ ਨੇ, ਕਿੰਨੇ ਕੁ ਉਸ ਬੰਦੇ ਨੇ ਕਤਲ ਕੀਤੇ ਨੇ ਤੇ ਕਿੰਨੀਆਂ ਕੁੜੀਆਂ ਦੀਆਂ ਇੱਜ਼ਤਾਂ ਲੁੱਟੀਆਂ ਨੇ ਉਸ ਬੰਦੇ ਨੇ। ਯਾਰ ਤੁਸੀਂ ਐਨ ਐਸ ਏ ਲਾ ਕੇ ਸਾਲ ਦਾ, ਪਹਿਲੀ ਗੱਲ ਉਦੋਂ ਜਦੋਂ ਐਨ ਐਸ ਏ ਲੱਗਿਆ ਸੀ ਉਦੋਂ ਹੀ ਬਹੁਤ ਗੁੱਸਾ ਸੀਗਾ, ਸਾਲ ਦਾ ਪੱਕਾ ਹੀ ਲਾ ਦਿੱਤਾ। ਅੱਛਾ ਸਾਲ ਖਤਮ ਹੋਇਆ ਤੇ ਉਹਨੂੰ ਇੱਕ ਸਾਲ ਹੋਰ ਵਧਾ ਦਿੱਤਾ, ਯਾਰ ਵਜ੍ਹਾ ਕੀ ਹੈ? ਕੀ ਜਿਹੜੇ ਤੁਸੀਂ ਐਮ ਪੀ ਹੋਰ ਜਿਤਾਏ ਨੇ, ਜਿਹੜੇ ਹੁਣ ਐਮ ਪੀ ਬਣਾਏ ਨੇ, ਐਮ ਐਲ ਏ ਬਣਾ ਰਹੇ ਹੋ, ਕੀ ਉਹ ਐਕਚੁਲੀ ਤਾਂ ਬਦਮਾਸ਼ ਉਹ ਨੇ ਜਿਹੜੇ ਟੋਰਾਂ ਨਾਲ ਬਦਮਾਸ਼ ਬਣੇ ਹੋਏ, ਜਿਹਨਾਂ ਨੂੰ ਕਹੀ ਜਾਂਦਾ ਕਿ ਡਿਜੀਟਲ ਲੁਟੇਰੇ, ਡਿਜੀਟਲ ਲੁਟੇਰੇ ਮੈਂ ਕਹਿੰਦਾ ਹੁਣ ਇਹਨਾਂ ਲੋਕਾਂ ਨੂੰ, ਜਿਹੜੀਆਂ ਕੁਛ ਆਰਗਨਾਈਜੇਸ਼ਨ ਵੀ ਨੇ ਜਿਹੜੇ ਸੇਵਾ ਦੇ ਨਾਂ ਤੇ ਖੁੱਲੇ ਹੋਏ ਨੇ ਤੇ ਇਹ ਜਿਹੜੇ ਰਾਜਨੀਤੀ ਵਿੱਚ ਵੀ ਹੈ, ਇਹ ਡਿਜੀਟਲ ਲੁਟੇਰੇ ਨੇ। ਤੁਹਾਡੇ ਜਜ਼ਬਾਤਾਂ ਨੂੰ ਵੀ ਲੁੱਟਦੇ ਨੇ, ਤੁਹਾਡਾ ਪੈਸਾ ਤੇ ਲਵੇ ਲੁੱਟਦੇ ਨੇ, ਤੁਹਾਡੇ ਇਮੋਸ਼ਨ ਨੂੰ ਵੀ ਲੁੱਟਦੇ ਨੇ, ਹਰ ਚੀਜ਼ ਨੂੰ ਕੈਸ਼ ਕਰਨਾ ਇਹਨਾਂ ਨੂੰ ਆਉਂਦਾ। ਇਹ ਤੇ ਜ਼ਿਆਦਾ ਵੱਡੇ ਬਦਮਾਸ਼ ਨੇ ਐਕਚੁਲੀ। ਭਾਈ ਅੰਮ੍ਰਿਤਪਾਲ ਸਿੰਘ ਨੇ ਠੀਕ ਹੈ, ਜੋ ਸੀਗਾ ਉਹਨਾਂ ਨੇ ਉਦੋਂ ਦਰਬਾਰ ਸਾਹਿਬ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲੈ ਕੇ ਗਏ ਸੀਗੇ, ਪਰ ਉਹਦੇ ਵਿੱਚ ਕੋਈ ਐਸਾ ਹੋਇਆ ਨਹੀਂ ਸੀਗਾ ਕਿ ਤੁਸੀਂ ਚੱਕ ਕੇ ਜੇਲ੍ਹਾਂ ਵਿੱਚ ਠੋਕ ਦਿਓ। ਬੜੇ ਅਦਬ ਨਾਲ ਲਗਾਏ ਸੀ, ਬਕਾਇਦਾ ਪਾਲਕੀ ਬਣਾਈ ਸੀ, ਇਹ ਨਹੀਂ ਕਿ ਸਿਰ ਤੇ ਚੱਕ ਕੇ ਐਵੇਂ ਜੁੱਤੀਆਂ ਪਾ ਕੇ ਤੁਰੇ ਫਿਰਦੇ ਸੀਗੇ, ਇੱਦਾਂ ਨਹੀਂ ਸੀ, ਅਦਬ ਦੇ ਨਾਲ ਲੈ ਕੇ ਗਏ ਸਨ। ਔਰ ਕੋਈ ਉੱਥੇ ਐਸੀ ਗੱਲ ਨਹੀਂ, ਉਸ ਉਦੋਂ ਵੀ ਦੇਖ ਲਓ ਥਾਣੇ ਵਿੱਚ ਜਾ ਕੇ ਜਿੱਦਾਂ ਉਹ ਬੰਦਾ ਬੋਲਿਆ। ਇਹਨਾਂ ਗੱਲਾਂ ਕਰਕੇ ਮੈਂ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਿਹਾ, ਔਰ ਮੈਂ ਉਹਨਾਂ ਦੀ ਇਲੈਕਸ਼ਨ ਤੋਂ ਪਹਿਲਾਂ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ, ਅੱਜ ਵੀ ਵਧਾਈਆਂ ਦਿੰਦਾ। ਦੇਖੋ ਕੋਈ ਹਰਮੀ ਪੱਕੀ ਦੁਸ਼ਮਣੀ ਕਿਸੇ ਨਾਲ ਨਹੀਂ ਪਾਉਣੀ ਚਾਹੀਦੀ। ਜਿੱਥੇ ਉਹ ਗਲਤ ਸੀਗਾ, ਮੈਂ ਉਦੋਂ ਬੋਲਿਆ ਦੋ ਤਿੰਨ ਵਾਰੀ ਜਦੋਂ ਸੀਗਾ ਫਰਨੀਚਰ ਤੋੜਨ ਦਾ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ, ਮੈਂ ਉਦੋਂ ਇਹ ਕਿਹਾ ਸੀਗਾ ਕਿ ਠੀਕ ਹੈ ਅਦਬ ਹੋਣਾ ਚਾਹੀਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ, ਤੇ ਪਰ ਜੇਕਰ ਕੋਈ ਬੰਦਾ ਕੋਈ ਬਜ਼ੁਰਗ ਔਖਾ ਆ ਬੈਠਣ ਤੋਂ, ਬਿਲਕੁਲ ਹੀ ਔਖਾ ਆ, ਫਿਰ ਗੁਰਦੁਆਰੇ ਜਾਣਾ ਛੱਡ ਦੇਣਗੇ। ਤੁਸੀਂ ਪਾਲਕੀ ਸਾਹਿਬ ਤੋਂ ਨੀਵੀਆਂ ਕੁਰਸੀਆਂ ਜਾਂ ਦੋ ਚਾਰ ਬੈਂਚ ਆਲੇ ਦੁਆਲੇ ਜ਼ਰੂਰ ਸਾਈਡਾਂ ਤੇ ਦੂਰ ਤੱਕ ਦੂਰ ਦੂਰ ਕੰਧਾਂ ਦੇ ਨਾਲ ਨਾਲ ਬਣਾ ਦਿਓ, ਉਹਨਾਂ ਤੋਂ ਨੀਵੇਂ ਤੇ ਤੋੜੋ ਨਾ ਇੱਦਾਂ, ਤਾਂ ਕਿ ਸਾਡਾ ਜਿਹੜਾ ਬਜ਼ੁਰਗ ਭਾਈਚਾਰਾ ਉਹ ਗੁਰਦੁਆਰਾ ਸਾਹਿਬ ਵਿੱਚ। ਇਹ ਸਰ ਐਨੀਵੇ ਗੱਲਾਂ ਤੋਂ ਹੋਈਆਂ ਪਈਆਂ ਨੇ ਆਲਰੇਡੀ, ਪਰ ਭਾਈ ਅੰਮ੍ਰਿਤਪਾਲ ਸਿੰਘ ਦੀ ਮੈਂ ਇਹ ਨਹੀਂ ਕਹਿੰਦਾ ਕਿ ਕਦੇ ਉਹਨਾਂ ਦੀ ਮਨਸ਼ਾ ਗਲਤ ਹੋਏਗੀ, ਕਦੇ ਸੋਚ ਗਲਤ ਹੋਏਗੀ, ਮੈਂ ਇਹ ਨਹੀਂ ਕਿਹਾ। ਹੁਣ ਦੇਖੋ ਅੱਜ ਕਿਸੇ ਹੋਸਪਿਟਲ ਦੇ ਵਿੱਚੋਂ ਬਹੁਤ ਕੁਛ ਫੜਿਆ ਗਿਆ, ਮੈਂ ਪੂਰੀ ਖਬਰ ਸਾਂਝੀ ਕਰਾਂਗਾ, ਮੈਂ ਅੱਜ ਥੋੜ੍ਹੀ ਜਿਹੀ ਦੇਖੀ ਸੀ, ਮੈਂ ਪੂਰੀ ਵੀਡੀਓ ਦੇਖ ਕੇ ਤੁਹਾਡਾ ਸਾਂਝੀ ਕਰਾਂਗਾ। ਪਰ ਅੱਜ ਕੱਲ੍ਹ ਮੈਂ ਇਹੀ ਕਰਨੀ ਸੀ ਕਿ ਭਾਈ ਅੰਮ੍ਰਿਤਪਾਲ ਸਿੰਘ ਨੂੰ ਇੱਕ ਸਹੁੰ ਚੁੱਕ ਸਮਾਗਮ ਵਿੱਚ ਆਉਣ ਤੋਂ ਹੀ ਕਿਉਂ ਰੋਕਿਆ ਜਾ ਰਿਹਾ, ਕਿਹੜੀ ਐਸੀ ਗੱਲ ਹੋ ਗਈ? ਜੇ ਬੰਦਾ ਇੱਕ ਕੇਜਰੀਵਾਲ, ਮੈਂ ਗੱਲ ਤੇ ਇਹੀ ਹੈ ਨਾ, ਸਾਡੇ ਮੁਲਕ ਦੀ ਤਰਾਸ਼ਦੀ ਇਹ ਆ ਕਿ ਸਾਡੇ ਮੁਲਕ ਵਿੱਚ ਕਾਨੂੰਨ ਸਭ ਦੇ ਬਰਾਬਰ ਨਹੀਂ ਆ। ਅਸੀਂ ਇੱਥੇ ਕੈਨੇਡਾ ਵਿੱਚ ਕਿਉਂ ਬੈਠੇ ਹਾਂ? ਠੀਕ ਹੈ ਅੱਜ ਕੱਲ੍ਹ ਥੋੜ੍ਹਾ ਜਿਹਾ ਫਾਈਨੈਂਸ਼ਲੀ ਪ੍ਰੋਬਲਮ ਇੱਥੇ ਪਈਆਂ ਹੋਈਆਂ ਨੇ, ਸਾਰੀ ਦੁਨੀਆਂ ਨੂੰ ਪਤਾ, ਪਰ ਹੈਗੀਆਂ ਉੱਥੇ ਉੱਥੇ ਨਹੀਂ। ਮੈਂ ਪਹਿਲੇ ਵੀਡੀਓ ਵਿੱਚ ਕਿਹਾ, ਅੱਜ ਵੀ ਜਿੱਥੇ ਜਿੱਥੇ ਸਾਡੇ ਪੰਜਾਬੀ ਕਮਿਊਨਿਟੀ ਹੈ ਉੱਥੇ ਉੱਥੇ ਪ੍ਰੋਬਲਮ ਨੇ ਜੋਬਸ ਦੀਆਂ। ਅਸੀਂ ਬੈਠੇ ਇੱਥੇ ਫਿਰ ਵੀ ਟਿਕੇ ਬੈਠੇ ਕਿਉਂਕਿ ਇੱਥੇ ਕਾਨੂੰਨ ਸਭ ਲਈ ਸਾਂਝਾ ਆ, ਇੱਕੋ ਜਿਹਾ ਕਾਨੂੰਨ ਆ ਸਾਰਿਆਂ ਵਾਸਤੇ, ਬੇਸ਼ੱਕ ਉਹ ਪ੍ਰਾਈਮ ਮਿਨਿਸਟਰ ਹੋਵੇ, ਉਹ ਬੇਸ਼ੱਕ ਐਮ ਪੀ ਹੋਵੇ, ਬੇਸ਼ੱਕ ਐਮ ਪੀ ਪੀ ਹੋਵੇ, ਸਾਰਿਆਂ ਵਾਸਤੇ ਸੇਮ ਹੀ ਇੱਥੇ ਰੂਲਸ ਹੈਗੇ ਨੇ, ਇਸੇ ਕਰਕੇ ਅਸੀਂ ਇੱਥੇ ਬੈਠੇ ਹਾਂ। ਕੇਜਰੀਵਾਲ ਦੇਖ ਲਓ ਆਪਣਾ ਪ੍ਰਚਾਰ ਪ੍ਰਚੁਰ ਕਰਕੇ ਸਾਰੀ ਆਮ ਆਦਮੀ ਪਾਰਟੀ ਨੂੰ ਰੂਹ ਦਾ ਹਰਾ ਕੇ ਤੇ ਫਿਰ ਚਲੇ ਗਿਆ, ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਕਸਮ ਚੁੱਕ ਸਮਾਗਮ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ। ਯਾਰ ਹੱਦ ਆ ਕੋਈ, ਐਸਾ ਉਹਨੇ ਕਿਹੜਾ ਕਤਲ ਕੀਤਾ, ਐਸਾ ਕਿਹੜਾ ਡਰ ਆ ਆਮ ਲੋਕਾਂ ਨੂੰ ਕਿ ਉਹ ਵੜਦਾ ਫਿਰਦਾ ਲੋਕਾਂ ਨੂੰ, ਕਿ ਉਹ ਲੋਕਾਂ ਦੀਆਂ ਕੁੜੀਆਂ ਚੱਕਦਾ ਫਿਰਦਾ?
ਕਿ ਉਹ ਚੋਰੀਆਂ ਡਕੈਤੀਆਂ ਕਰਦਾ ਫਿਰਦਾ, ਇੱਦਾਂ ਦੀ ਕੋਈ ਗੱਲ ਨਹੀਂ ਸੀ ਯਾਰ। ਐਜ਼ ਹਿਊਮਨ ਬੀਇੰਗ ਉਸ ਬੰਦੇ ਦਾ ਉੱਥੇ ਆਉਣਾ ਬਣਦਾ, ਅਤੇ ਰਾਈਟ ਵੀ ਬਣਦਾ ਉਸ ਬੰਦੇ ਦਾ, ਕਾਨੂੰਨ ਤੌਰ 'ਤੇ ਵੀ ਆਉਣਾ ਬਣਦਾ ਉੱਥੇ ਉਸ ਬੰਦੇ ਦਾ। ਔਰ ਤੁਸੀਂ ਸਾਲ ਦਾ ਫਿਰ NSA ਵਧਾ ਦਿੱਤਾ, ਹੱਦ ਹੀ ਹੋ ਗਈ ਯਾਰ, ਕਮਾਲ ਹੋਈ ਪਈ ਹੈ। ਇੱਕ ਹੋਰ ਗੱਲ, ਭਾਈ ਅੰਮ੍ਰਿਤਪਾਲ ਸਿੰਘ ਜਦੋਂ ਬਾਹਰ ਆਉਂਦੇ ਨੇ, ਭਾਈ ਅੰਮ੍ਰਿਤਪਾਲ ਸਿੰਘ ਜੀ ਤੁਹਾਨੂੰ ਬਹੁਤ ਹੱਥ ਜੋੜ ਕੇ ਬੇਨਤੀ ਕਿ ਜਿਹੜੇ ਨਾਲ ਬੰਦੇ ਗਏ ਨੇ, ਕੋਸ਼ਿਸ਼ ਕਰਿਓ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਬਾਹਰ ਲਿਆਓ। ਸਪੈਸ਼ਲੀ ਪ੍ਰਧਾਨ ਮੰਤਰੀ ਦੀ ਯਾਰ ਵਿਚਾਰੇ ਨੂੰ ਜ਼ੋਰ ਲਏ, ਉਹ ਬੰਦੇ ਨੇ, ਉਹ ਭੋਲਾ ਬੰਦਾ ਐਕਚੁਲੀ, ਉਹਨੂੰ ਕੁਛ ਨਹੀਂ ਪਤਾ। ਮੈਂ ਉਹਨੂੰ ਅਜਨਾਲਾ ਹੀ ਨਹੀਂ ਕਿਹਾ ਹੁੰਦਾ ਸੀਗਾ, ਤੁਸੀਂ ਵੀ ਦੇਖਿਓ ਅਣਜਾਲੇ ਜਾਣਾ, ਅਣਜਾਲੇ ਜਾਣਾ, ਆ ਜਾਓ ਇਕੱਠੇ ਹੋ ਜਾਓ। ਉਹ ਇੱਦਾਂ ਦਾ ਬੰਦਾ, ਉਹਨੂੰ ਜ਼ਰੂਰ ਯਾਰ ਕਿਸ ਤਰ੍ਹਾਂ ਬਾਹਰ ਕੱਢ ਕੇ ਲਿਆਓ, ਨਾਲ ਹੀ ਕਿਸੇ ਤਰ੍ਹਾਂ ਲੈ ਆਓ। ਮੈਂ ਨਹੀਂ ਕਹਿੰਦਾ ਬਾਕੀ ਅੰਦਰ ਰਹਿਣ, ਚਲੋ ਥੋੜ੍ਹਾ ਹੈਗੇ ਨੇ ਚੰਗੇ ਪਰਿਵਾਰਾਂ ਦੇ, ਅਤੇ ਥੋੜ੍ਹਾ ਉਹਨਾਂ ਦੇ ਸੋਚਣ ਸ਼ਕਤੀ ਉਹਦੇ ਨਾਲ ਚੰਗੀ ਹੈ, ਅਤੇ ਥੋੜ੍ਹਾ ਉਹ ਅਟਕ ਸਕਦੇ ਨੇ, ਅਤੇ ਪ੍ਰਧਾਨ ਮੰਤਰੀ ਨੂੰ ਜ਼ਰੂਰ ਬਾਹਰ ਲੈ ਆਇਓ। ਸਤਿ ਸ਼੍ਰੀ ਅਕਾਲ। Subscribe to One India channel and never miss an update.